ਰਾਈ ਸਾਹਿਬ ਕੁਹਾੜ ਦੀ ਹਿੰਕੋ ਦੇ ਬਾਰੇ 'ਚ ਆਪਣਾ ਪੇਪਰ ਪੇਸ਼ ਕਰਦੇ ਪਏ ਅਸੀਂ ਹੁਣ ਵਕਫਾ ਕਰਨੇ ਪਏ ਹਾਂ ਖਾਣੇ ਅਤੇ ਨਮਾਜ਼ ਦਾ ਅਤੇ ਇਨਸ਼ਾਅੱਲਾ ਉਸ ਬਾਅਦ ਅਸੀਂ ਆਸੀ ਹੈ ਅਤੇ ਸੈਸ਼ਨ ਹੋ ਸੀ ਅਤੇ ਵਕਫੇ ਸੀ ਪਹਿਲੇ ਸਾਡੇ ਜਿਹੜੇ ਚੀਫ ਗੈਸਟ ਹਨ ਇਸ ਮਜਲਿਸ ਦੇ ਸਾਬਰ ਹੁਸੈਨ ਅਵਾਨ ਸਾਹਿਬ ਉਹਨਾਂ ਸੇ ਮੈਂ ਗੁਜ਼ਾਰਿਸ਼ ਕਰਨਾ ਕਿ ਤਸ਼ਰੀਫ ਲਿਆਉਣ ਅਤੇ ਆਪਣੇ ਖਿਆਲਾਤ ਦਾ ਇਜ਼ਹਾਰ ਫਰਮਾਉਣ ਜਨਾਬ ਮੁਹਤਰਮ ਸਾਬਰ ਹੁਸੈਨ ਅਵਾਨ ਸਾਬਰ ਹੁਸੈਨ ਅਵਾਨ ਦਾ ਤਾਲੁਕ ਤਜਮਾਤ ਇਸਲਾਮੀ ਸੀ ਹੈ ਇਸ ਇਲਾਵਾ ਇਹ ਤਨਜ਼ੀਮ ਉਲ ਅਵਾਨ ਦੇ ਸਦਰ ਵੀ ਹਨ ਸਾਬਰ ਹੁਸੈਨ ਅਵਾਨ ਸਾਹਿਬ ਹੁਣ ਇਸ ਸੈਸ਼ਨ ਦੇ ਅਖਤਤਾਮ 'ਤੇ ਅਸੀਂ ਜਿਹੜੀਆਂ ਸ਼ੀਲਾਂ ਹੋਣ ਉਹ ਤਕਸੀਮ ਕਰਨਾ ਮੈਂ ਡਾਕਟਰ ਸਲਾਉਦੀਨ ਸਾਹਿਬ ਸੀ ਅਤੇ ਇਹਨਾਂ ਤਾਇਰ ਸੀ ਇਹਨਾਂ ਤਾਇਰ ਸੇ ਗੁਜ਼ਾਰਿਸ਼ ਕਰਨਾ ਕਿ ਉਹ ਆਉਣ ਅਤੇ ਸ਼ੀਲਾਂ ਤਕਸੀਮ ਕਰਨ ਲਈ ਸਾਡੀ ਮਦਦ ਕਰਨ ਇਹ ਜਿਹੜੇ ਸਾਡੇ ਸੈਸ਼ਨ ਦੇ ਵਿੱਚ ਮੁਖਤਲਿਫ ਅਫਰਾਦ ਆਏ ਦੋਸਤ ਆਏ ਜਿਨ੍ਹਾਂ ਨੇ ਆਪਣੇ ਪੇਪਰਸ ਪੇਸ਼ ਕੀਤੇ ਹਨ ਚੀਫ ਗੈਸਟ ਹੈ ਮੈਂ ਚਾਹਾਂ ਕਿ ਮੁਹਤਰਮ ਸਾਬਰ ਹੁਸੈਨ ਅਵਾਨ ਇਜਾਜ਼ ਅਹਿਮਦ ਕੁਰੈਸ਼ੀ ਸਾਹਿਬ ਅਤੇ ਸਾਡੇ ਸਟੇਜ 'ਤੇ ਬੈਠੇ ਦੀਗਰ ਸਾਡੇ ਮੌਜੂਦ ਜਿਹੜੇ ਮਹਿਮਾਨ ਹਨ ਇਹ ਉਹਨਾਂ ਦੇ ਹੱਥ 'ਤੇ ਅਸੀਂ ਸ਼ੀਲਾਂ ਤਕਸੀਮ ਕਰ ਸੀ ਅਤੇ ਥੋੜ੍ਹੀ ਦੇਰ ਤਸ਼ਰੀਫ ਲਿਆਉਂਦੇ ਹਨ ਅਤੇ ਉਹਨਾਂ ਦੀ ਆਮਦ ਦੇ ਨਾਲ ਹੀ ਅਸੀਂ ਆਪਣਾ ਜਿਹੜਾ ਸਾਡਾ ਕ੍ਰੂਸ਼ੀਅਲ ਸੈਸ਼ਨ ਹੈ ਜਿਹੜਾ ਸਵੇਰੇ ਟਾਈਮ ਹੋਣਾ ਹੈ ਹੁਣ ਅਸੀਂ ਇਨਸ਼ਾਅੱਲਾ ਸ਼ੁਰੂ ਕਰ ਸੀ ਆਵਾਜ਼ ਮੇਰੀ ਸਹੀ ਹੈ ਆਡੀਅੰਸ ਹੀ ਪੁੱਛਣਾ ਸਹੀ ਹੈ ਸਾਡੇ ਅਮਰੀਕਾ ਸੀ ਸਾਡੇ ਮਹਿਮਾਨ ਸਾਡੇ ਹਿੰਦਕੋ ਜ਼ੁਬਾਨ ਦੇ ਮੁਸੰਨਿਫ ਲਿਖਾਰੀ ਉਰਦੂ ਕਿਤਾਬਾਂ ਦੇ ਲਿਖਾਰੀ ਉਹਨਾਂ ਸੇ ਮੈਂ ਗੁਜ਼ਾਰਿਸ਼ ਕਰਾਂ ਡਾਕਟਰ ਸੈਦ ਅਮਜੋਦ ਹੁਸੈਨ ਸਾਹਿਬ ਸੀ ਕਿ ਉਹ ਤਸ਼ਰੀਫ ਲਿਆਉਣ ਸਟੇਜ ਡਾਕਟਰ ਸੈਦ ਅਮਜੋਦ ਹੁਸੈਨ ਸਾਹਿਬ ਤੁਰਕੀ ਸੀ ਤਸ਼ਰੀਫ ਲਿਆਏ ਸਾਡੇ ਮਹਿਮਾਨ ਹਿੰਦਕੋ ਗ੍ਰੈਮਰ ਅਤੇ ਇਸ ਇਲਾਵਾ ਦੀਗਰ ਕਈ ਕਿਤਾਬਾਂ ਦੇ ਮੁਸੰਨਿਫ ਡਾਕਟਰ ਖਲੀਲ ਤੋਕਾਰ ਸਾਹਿਬ ਸੀ ਗੁਜ਼ਾਰਿਸ਼ ਹੈ ਕਿ ਉਹ ਸਟੇਜ 'ਤੇ ਤਸ਼ਰੀਫ ਲਿਆਉਣ ਕਰਾਚੀ ਸੀ ਕਰਾਚੀ ਉਰਦੂ ਯੂਨੀਵਰਸਿਟੀ ਕਰਾਚੀ ਸੀ ਡਾਕਟਰ ਯਾਸਮੀਨ ਸੁਲਤਾਨਾ ਸਾਹਿਬ ਤਸ਼ਰੀਫ ਲਿਆਈ ਹਨ ਉਹਨਾਂ ਸੇ ਗੁਜ਼ਾਰਿਸ਼ ਹੈ ਕਿ ਉਹ ਸਟੇਜ 'ਤੇ ਤਸ਼ਰੀਫ ਲਿਆਉਣ ਦਾਈ ਰਾਈਟ ਸਾਈਡ 'ਤੇ ਜੀ ਕੁਰਸੀ ਉਸ 'ਤੇ ਇਧਰੋਂ ਸੇ ਆ ਜਾਓ ਇਧਰੋਂ ਸੇ ਇਸ ਕਾਨਫਰੰਸ ਦਾ ਥੀਮ ਆ ਉਸੀ ਮੌਜੂਦ ਉੱਤੇ ਆਪਣਾ ਇਜ਼ਹਾਰ ਪੇ ਫਰਮਾਉਂਦੀ ਹਾਂ ਬਿਲਕੁਲ ਜਿਸ ਤਰ੍ਹਾਂ ਅਸੀਂ ਇਹਨਾਂ ਨੇ ਗੱਲ ਕੀਤੀ ਹੈ ਕਿ ਕੋਈ ਜ਼ਬਾਨ ਕੋਈ ਸਕਾਫਤ ਜਦੋਂ ਤੁਸੀਂ ਸਰਫੇ ਨਜ਼ਰ ਕਰੋ ਉਹਦੇ ਨਾਲ ਨਾਇਨਸਾਫੀ ਕਰੋ ਅਤੇ ਰਵੱਈਆ ਅੱਛਾ ਰਵੱਈਆ ਨਹੀਂ ਹੁੰਦਾ ਇਸ ਖਾਤਰ ਚਾਹੀਦਾ ਹੈ ਕਿ ਸਕਾਫਤਾਂ ਦੇ ਹਵਾਲੇ ਨਾਲ ਜ਼ਬਾਨਾਂ ਦੇ ਹਵਾਲੇ ਨਾਲ ਅਦਬ ਦੇ ਹਵਾਲੇ ਨਾਲ ਹਕੂਮਤਾਂ ਇੱਕ ਐਸਾ ਇਨਸਾਫ ਵਾਲਾ ਰਵੱਈਆ ਰੱਖਣ ਤੋਂ ਜ਼ਿਆਦਾ ਬਿਹਤਰ ਹੋ ਸੀ ਤੁਹਾਡੇ ਸਭ ਹਾਜ਼ਰੀਨ ਸੀ ਗੁਜ਼ਾਰਿਸ਼ ਹੈ ਕਿ ਆਪਣੇ ਮੋਬਾਈਲ ਆਫ ਕਰ ਦਿਉ ਸਭ ਹਾਜ਼ਰੀਨ ਸੀ ਗੁਜ਼ਾਰਿਸ਼ ਹੈ ਕਿ ਆਪਣੇ ਮੋਬਾਈਲ ਆਫ ਕਰ ਦਿਉ ਇਹ ਸਿਕਿਉਰਿਟੀ ਤਰਫੋਂ ਸਾਨੂੰ ਡਾਇਰੈਕਸ਼ਨ ਮਿਲੀ ਹੈ ਕਿ ਤੁਸੀਂ ਮਿਹਰਬਾਨੀ ਕਰੋ ਸਭ ਦੋਸਤ ਸਹਿਬਾਬ ਆਪਣੇ ਮੋਬਾਈਲ ਆਫ ਕਰ ਦਿਉ ਹੁਣ ਮੈਂ ਵਕਫੇ ਦੇ ਵਿੱਚ ਸਾਡੇ ਸੈਸ਼ਨ ਸਾਡੇ ਕੰਦਾਰਨ ਕੋ ਬੋਰਡ ਦੇ ਐਗਜ਼ੀਕਟਿਵ ਮੈਂਬਰ ਸਿਟੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਅਨਵਾਰ ਫਾਜ਼ਲ ਚਿਸ਼ਤੀ ਸਾਹਿਬ ਸੀ ਗੁਜ਼ਾਰਿਸ਼ ਕਰਨਾ ਕਿ ਉਹ ਮੌਜੂਦ ਸਾਨੂੰ ਦਿੱਤਾ ਹੈ ਕਿ ਜਿਹੜੇ ਸਾਡੇ ਤਲੀਮੀ ਅਦਾਰੇ ਹੁਣ ਪ੍ਰਾਈਵੇਟ ਤਲੀਮੀ ਅਦਾਰੇ 'ਚ ਇਹਨਾਂ 'ਚ ਹਿੰਦਕੋ ਜ਼ੁਬਾਨ ਦੀ ਤਰੱਕੀ ਦੇ ਕੇ ਇਮਕਾਨਾਤ ਦੇ ਕੇ ਹਵਾਲੇ ਨੇ ਉਸ ਹਵਾਲੇ ਨਾਲ ਬੜਾ ਖੂਬਸੂਰਤ ਮੌਜੂ ਹੈ ਇਸ 'ਤੇ ਗੁਫ਼ਤਗੂ ਰੱਖ ਸਕਣ ਜਨਾਬ ਡਾਕਟਰ ਅਨਵਾਰ ਫਾਜ਼ਲ ਚਿਸ਼ਤੀ ਇਜਾਜ਼ ਕੁਰੈਸ਼ੀ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਇਹ ਜਿਹੜਾ ਹਿੰਦਕੋ ਦਾ ਇਜਾ ਹਿੱਸਾ ਹੈ ਇਹ ਤੁਸੀਂ ਗਵਰਨਰ ਸਾਹਿਬ ਦੇ ਸਾਹਮਣੇ ਪੜ੍ਹਨਾ ਇਹ ਸਾਡੇ ਇਸ ਸੈਸ਼ਨ ਦਾ ਹਿੱਸਾ ਹੈ ਇਸਦੇ 'ਚ ਸਾਡੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸਵਾਲਾਤ ਜ਼ਹਿਨ 'ਚ ਹਿੰਦਕੋ ਅਤੇ ਉਰਦੂ ਉਹਦਾ ਇੱਕ ਹਵਾਲਾ ਵੀ ਮੌਜੂਦ ਹੈ ਅਤੇ ਹਿੰਦਕੋ ਜ਼ੁਬਾਨ ਦੀ ਤਰੱਕੀ ਦੇ ਰਸਤੇ ਦੇ 'ਚ ਉਰਦੂ ਆਇਲ ਨਹੀਂ ਗੀ ਇਹ ਸਾਡਾ ਆਪਣਾ ਰਵੱਈਆ ਆਇਲ ਹੈ ਇਨਸ਼ਾਅੱਲਾ ਉਸ 'ਤੇ ਜਿਹੜਾ
رائٹر پہ وہ میں تھوڑے سامنے پیش کر سکتا گورنر صاحب بس پہنچنے والے ہیں ان شاء اللہ تو چونکہ فاٹا فیڈرلی ایڈمنسٹریڈ ٹرائبل ایریا 68 سال سی کوئی خطہ وے جسے فیصلہ نہیں ہویا موجودہ حکومت پہ کوشش کر دیے کہ اس فاٹے دوں کسی طریقے سے اسی سیٹل کرنی سیٹل علاقے لے آئی یہی کوشن لگی ہیں گورنر خیبر پختونخوا بھی اسی سلسلے اہم میٹنگ وچ گئے انہوں نے کمٹمنٹ ساڈے نال رہی کہ میں صبح دے سیشن وچ آساں لیکن انہوں نے پھر اجاز قرائی صاحب نے جدو کیا جی سارا سیشن پہلا وے تسی کو نہیں آ سکتے تو اسی کہہ دیں انتظامیہ کہ وہ کہنے نہ تسی یہ صرف کو ملتوی میں کرنا باوجود کیونکہ وزیر اعظم پاکستان نے اسلام آباد میٹنگ بلائی وہ چونکہ فاٹا دا ایشو گورنر خیبر پختونخوا دینا ڈائریکٹ ایشو ہے تو اس سلسلے چو گئے تو ان شاء اللہ پہنچ گئے انہوں نے مطلب اسپیشل کہیں میں آئے قریشی صاحب نو اطلاع ہو گئی ہے تو ایس ایم ایس آیا ہے تو ان شاء اللہ وہ تشریف پہ لے آنے دیکھو پبلک سانے گندارا ہندکو بورڈ نے شروع دن سے سانے کے ہندکو دا جڑا ایشو ہے اسی تے سپریسڈ ہاں سپریسڈ آیا شاعر ادیب نے اپنی کوششیں کی احمد علی سائی نے بھی کی مین نے بھی کی بردا نے بھی کی آسام مور نے بھی کی لیکن شاعر ادیب دا کام بہت زبردست کام ہے لیکن اس منزل نو توڑ تک پہنچانے کوئی حکمت عملی کامیاب ہوئی ہے تو تہاڈے سامنے گندارا ہندکو اکیڈمی بن گئی ہے اس سلسلے کیڑی مشکلات آئی ہیں ساری مشکلات نہیں بیان کرنا وڈے وڈے پتھر تے وڈے وڈے پہاڑ رستے چائیں صرف مثال دینا وا تفصیل نہیں بیان کرنا لیکن سارے بھی اپنا رستہ پہاڑاں چو تے دریاواں چو کڈے سانے دریاواں نال ٹکر نہیں ماری سانے پہاڑا ٹکر نہیں ماری چٹانا ٹکر نہیں ماری کیونکہ پشوری کاپڑا اس انداز ہے سانے پہاڑ نو اپنی جگہ تے کھلوتا رہ کے سانے اسی سائڈا تو نکل کے اپنے مقام تے سی پہنچنے کی کوشش کرنے پئے ہاں گزشتہ 22 سال وہ سانے جلدی نہیں کیتی سانے آ کے بازار پروٹیسٹ نہیں کیتا سانے ٹائر نہیں ساڑے سانے روڈاں بلاک نہیں کیتیاں سانے نعرے نہیں مارے اسی اسمبلی دے سامنے جا کے تے سارے نعرے نہیں مارے کیونکہ پشوری کا وصف نہیں گا پشوری ایک ایسی قوم ہے جڑی تہذیب یافتہ ہے کیونکہ پشوری خون دے وچ 10-15 نسل دا تہذیب شامل ہے یہ سیٹل سٹی ہے یہ 5000 سال سی قائم و دائم سٹی ہے یہ وسط ایشیا دا سب سے پرانا ترین شہر ہے ساڑھے خون دے وچ ساڑھے ڈی این اے دے وچ ساڑھے پیو دادے پردادے لکڑ دادے شکڑ دادے دی تہذیب موجود ہے اسی خاطر سانوں کو کوئی مسئلہ درپیش ہوندا ہے تو اسی باقی لوکاں دی طرح سڑکاں بالنا سڑکاں نوں توڑنا روڈاں نوں توڑنا نعرے مارنا ساڑا طریقہ کار نہیں گا سانے اپنے گندارے کو بورڈ نے اپنے طریقہ کار دے مطابق حکمت عملی دے تحت سانے سمجھا ہے کہ جتھے شاعر ادیب جی ٹک ٹک سنار آر کام کر دیے ضروری ہے کہ نفاست نہ کام کیتا جائے لیکن اس